ਉਧਰ 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 ਪੱਲੇ ਮੱਲੇ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਹੋਟਲ ਦੇ ਵਿੱਚ ਰੇਡ ਕੀਤੀ ਔਰ ਇੱਥੇ ਬਿਨਾਂ ਆਈਡੀ ਕਾਰਡ ਦੇਖੇ ਮੁੰਡੇ ਕੁੜੀਆਂ ਨੂੰ ਰੂਮ ਦਿੱਤੇ ਹੋਏ ਸੀ ਤਾਂ ਪੁਲਿਸ ਦੇ ਵੱਲੋਂ ਇੱਥੇ ਛਾਪਾ ਮਾਰਿਆ ਗਿਆ। 6-7 ਮੁੰਡੇ ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਔਰ ਹੋਟਲ ਦੇ ਮਾਲਕ ਦੇ ਖਿਲਾਫ ਵੱਡਾ ਐਕਸ਼ਨ ਵੀ ਕੀਤਾ। ਇਹ ਤਸਵੀਰਾਂ ਅੰਮ੍ਰਿਤਸਰ ਦੇ ਬੱਸ ਅੱਡੇ ਦੇ ਕੋਲ ਦੀਆਂ ਨੇ। ਇੱਥੇ ਬਿਨਾਂ ਆਈ ਕਾਰਡ ਬਿਨਾਂ ਆਧਾਰ ਕਾਰਡ ਚੈੱਕ ਕੀਤੇ ਮੁੰਡੇ ਕੁੜੀਆਂ ਨੂੰ ਕਮਰੇ ਦਿੱਤੇ ਜਾਂਦੇ ਸੀ ਤਾਂ ਕਿਸੇ ਨੇ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ। ਅੱਜ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਇਸ ਹੋਟਲ ਦੇ ਵਿੱਚ ਰੇਡ ਕੀਤੀ ਗਈ ਔਰ ਇੱਥੇ ਕਮਰੇ ਦੇ ਵਿੱਚ ਮੌਜੂਦ 5 ਤੋਂ 6 ਮੁੰਡੇ ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਫਿਲਹਾਲ ਪੁੱਛ ਪੜਤਾਲ ਕੀਤੀ ਜਾਵੇਗੀ ਔਰ ਹੋਟਲ ਦੇ ਮਾਲਕ ਦੇ ਖਿਲਾਫ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ। ਹੋਟਲ ਸਰ ਰੇਡਮੀ 15 ਅਗਸਤ ਦੇ ਸੰਬੰਧ ਵਿੱਚ ਸਪੈਸ਼ਲ ਅਫਸਰ ਨੂੰ ਹਦਾਇਤ ਵੀ ਹੋਟਲ ਵਗੈਰਾ ਚੈੱਕ ਕਰੋ, ਜਿਹੜੇ ਵੀ ਹੋਟਲ ਹੋਵੇ ਬਿਨਾਂ ਡਾਕੂਮੈਂਟ ਤੋਂ ਨਾ ਲਗਾਉਣ। ਸਾਨੂੰ ਕੰਪਲੇਂਟ ਮਿਲੀ ਸੀ RS ਰੈਜੀਡੈਂਸੀ ਹੈ ਗਲੀ ਨੰਬਰ 2 ਸ਼ਰੀਫਪੁਰੇ ਵੀ ਇਹ ਬਿਨਾਂ ਡਾਕੂਮੈਂਟ ਲਏ ਹੋਏ ਹੋਟਲ ਲਗਾਉਂਦੇ ਆ ਅਤੇ ਉਹਦੇ ਸੰਬੰਧ ਵਿੱਚ ਅੱਜ ਸਪੈਸ਼ਲ ਚੈਕਿੰਗ ਨੇ ਰੇਡ ਕੀਤੀ ਸੀ, ਉਹ ਚੈੱਕ ਕੀਤਾ ਸੀ। ਉੱਥੇ 2-3 ਰੂਮ ਲੱਗੇ ਸੀ ਜਿਹੜੇ ਕਸਟਮਰ ਹੈਗੇ ਆ, ਲੇਕਿਨ ਇਹਨਾਂ ਵੱਲੋਂ ਉਹਦਾ ਕੋਈ ਰਿਕਾਰਡ ਨਹੀਂ ਲਿਆ ਗਿਆ, ਨਾ ਕੋਈ ਆਧਾਰ ਕਾਰਡ ਲਿਆ ਗਿਆ, ਨਾ ਪਰੂਫ ਲਿਆ। ਉਹਦੇ ਸੰਬੰਧ ਵਿੱਚ ਅਸੀਂ ਉਹਦੀ ਮੁਕੱਦਮਾ ਦਰਜ ਕਰ ਰਹੇ ਹਾਂ, ਇਹਨੇ ਹੁਕਮ ਦੀ ਖਿਲਾਫ ਵਰਜੀ ਕੀਤੀ ਹੈ। 188 IPC ਅੱਜ ਕੱਲ੍ਹ 223 BNS ਹੋ ਗਿਆ, ਉਹ ਜਿਹੜੇ ਖਿਲਾਫ ਮੁਕੱਦਮਾ ਦਰਜ ਕਰ ਰਹੇ ਹਾਂ। ਵਿਨੋਦ ਕੁਮਾਰ ਜੀ ਜਿਹੜਾ ਹੋਟਲ ਬਦਲ ਕੇ ਮਾਲਕ ਦਾ ਕੰਮ ਲੈ ਕੇ ਚਲਾ ਰਿਹਾ ਲੀਜ਼ ਹੈ। ਸਰ ਜਿਹੜੇ ਬੰਦੇ ਫੜੇ ਆ, ਜੇ ਲੇਡੀਜ਼ ਫੜੀਆਂ ਆ, ਉਹਨਾਂ ਦਾ ਕੀ ਨਹੀਂ? ਉਹ ਸਰ ਜਿਹੜੇ ਫੈਮਿਲੀ ਨਾਲ ਆਈਆਂ ਜੀ, ਕਿਸੇ ਨਾਲ ਕਪਲ ਆਇਆ, ਉਹਨਾਂ ਨੇ ਰੂਮ ਲਿਆ ਇਹਨਾਂ ਕੋਲ, ਉਹਨਾਂ ਦੇ ਘਰ ਦੇ ਬੁਲਾ ਕੇ ਵੇਰੇ ਫਿਰ ਉਹਨਾਂ ਦੇ ਰਹੇ ਹਾਂ, ਕਿਉਂਕਿ ਇਹਨੇ ਹੁਕਮ ਦੀ ਖਿਲਾਫ ਵਰਜੀ ਕੀਤੀ ਹੈ, ਬਿਨਾਂ ਡਾਕੂਮੈਂਟ ਲੈ ਰੱਖਿਆ, ਇਹਦੇ ਖਿਲਾਫ ਇਹ ਕਾਰਵਾਈ ਕਰੋ। ਨਹੀਂ, ਉਹ ਤੇ ਜਦੋਂ ਰੂਮ ਲੈਣ ਆਏ ਤੇ ਉਹਦੇ ਮੁਤਾਬਕ ਹੈ ਨਾ, ਜੋ ਕੋਈ ਕਾਰਵਾਈ ਦੇਗਾ ਡਾਕੂਮੈਂਟ ਲੈਣ ਦੇ ਬੰਦਾ। ਪਤਾ ਲੱਗਾ ਉੱਥੇ ਕੁੜੀਆਂ ਦਾ ਕੰਮ ਚੱਲਦਾ, ਧੰਦਾ ਵੀ ਚੱਲਦਾ ਉੱਥੇ ਉਸ ਹੋਟਲ ਦੇ ਅੰਦਰ? ਨਹੀਂ, ਕੁੜੀਆਂ ਧੰਦੇ ਲਈ ਸਾਡੇ ਕੋਈ ਗੱਲ ਨਹੀਂ, ਸਾਨੂੰ ਬਾਕੀ ਜਿਹੜੀ ਲੜਕੀਆਂ ਵੀ ਉਹਦੇ ਹਿਸਾਬ ਦੀ ਕਾਰਵਾਈ ਇਹੀ ਕਰ ਰਹੇ ਹਾਂ। ਮੱਲਿਆਂ ਨੇ ਕਿਹਾ ਕਿ ਨਾ ਮੈਂ ਧੰਦਾ ਕਰਦੇ ਨੇ ਹੋਟਲ ਵਾਲੇ, ਜਦੋਂ ਉਸ ਮਸਲੇ ਕੋਈ ਸਾਹਮਣੇ ਆਈ ਗੱਲ ਤਾਂ ਉਹਦੀ ਕਾਰਵਾਈ ਕੀਤੀ ਜਾਏਗੀ। ਤਾਂ ਹੀ ਤੇ ਉਹਨਾਂ ਨੇ ਹੋਟਲ ਵਾਲਿਆਂ ਨੇ ਪ੍ਰੂਫ ਨਹੀਂ ਰੱਖੇ ਫਿਰ ਉਹਨਾਂ ਦੇ ਕੁੜੀਆਂ ਦੇ, ਕਿਉਂ ਨਹੀਂ ਲਗਾਏ ਫਿਰ ਉਹਨਾਂ ਨੇ? ਇਹ ਤਾਂ ਫਿਰ ਹੋਟਲ ਦੇ ਹੀ ਵੈਰੀਫਾਈ ਕਰ ਰਹੇ ਨੇ। ਨਹੀਂ, ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਜੋ ਮੁਤਾਬਕ ਰਿਕਾਰਡ ਦਾ ਮਿਲਿਆ, ਅਸੀਂ ਉਹ ਕਰ ਰਹੇ, ਉਹਨੇ ਡਾਕੂਮੈਂਟ ਨਹੀਂ ਲਾਏ, ਉਹਦੇ ਮੁਤਾਬਕ ਉਹਦੀ ਕਾਰਵਾਈ ਕਰ ਰਹੇ ਇਹਨਾਂ ਦੇ। ਇਹ ਕਿੱਥੋਂ ਦੇ ਰਹਿਣ ਵਾਲੇ ਸਾਰੇ ਜਿਹਨੇ ਬੰਦੇ ਫੜੇ ਆ ਜਾਂ ਕੁੜੀਆਂ ਫੜੀਆਂ ਹੋਣ? ਫੜਿਆ ਸਿਰਫ ਕਦਗਿਲ ਦਾ ਜਿਹੜਾ ਹੋਟਲ ਦਾ ਮਾਲਕ ਜਿਹਨੇ ਚਲਾ ਰਿਹਾ, ਉਹ ਕਦਗਿਲ ਤਰਨ ਤਾਰਨ ਦਾ ਰਹਿਣ ਵਾਲਾ, ਉਹਦੇ ਖਿਲਾਫ ਵੀ ਕਾਰਵਾਈ ਕਰ ਰਹੇ ਹਾਂ। ਜਿਹੜੀਆਂ ਕੁੜੀਆਂ ਤੁਸੀਂ ਲੈ ਕੇ ਆਏ ਹੋ, ਸਾਡੇ ਕੋਲ ਵੀਡੀਓ ਹੈਗੀ ਹੈ, ਜਿਹੜੇ ਮੁੰਡੇ ਵੀ ਲੈ ਕੇ ਆਏ ਹੋ, ਉਹ ਕਿੱਥੋਂ ਦੇ ਰਹਿਣ ਵਾਲੇ? ਉਹ ਸਰ ਉਹਨਾਂ ਨੇ ਵੈਰੀਫਾਈ ਕਰਦੇ ਤਾਂ ਉਹ ਆਏ ਸੀ ਹੋਟਲ ਲੈਣ, ਅਤੇ ਇਸ ਕਰਕੇ ਉਹਨਾਂ ਦੇ ਜਿਹੜੇ ਬਾਲਕ ਨੇ ਲੜਕੀਆਂ ਵੀ ਜਿਹੜੇ ਉਹਨਾਂ ਕੋਲ ਇਹਨਾਂ ਨੇ ਪਰੂਫ ਜਿਹਨਾਂ ਨੂੰ ਨਹੀਂ ਦਿੱਤੇ ਕਮਰੇ ਲਗਾ ਕੇ ਡਾਕੂਮੈਂਟ ਲਗਾ ਗਈ, ਉਹ ਅਸੀਂ ਉਹਦੇ ਖਿਲਾਫ ਕਾਰਵਾਈ ਕਰਵਾਈ ਕਰਦੇ ਹਾਂ। ਟੋਟਲ ਕਿੰਨੇ ਆਣੇ? ਫਿਰ ਉਹੀ ਗੱਲ, ਟੋਟਲ ਹੈ ਕਿੰਨੇ ਉਹ ਦੱਸ ਦਿਓ ਨਾ। ਟੋਟਲ 4-5 ਕੁ ਲੜਕੀਆਂ ਵਾ, 6 ਅਤੇ ਕੁਛ ਤਾਂ ਰਿਸੈਪਸ਼ਨ ਦਾ ਕੰਮ ਕਰਦੀ, ਉਹਨਾਂ ਨੂੰ ਸਫਾਈ ਦੀ ਕੰਮ ਕਰਦੀ ਹੈ ਉਹ ਲੜਕੀਆਂ, ਉਹਨਾਂ ਦੇ ਹੋਟਲ ਦੇ ਵਿੱਚ ਹੀ, ਅਤੇ ਉਹਨਾਂ ਦੇ ਪੇਰੈਂਟਸ ਨੂੰ ਬੁਲਾਓ। ਬਸ ਨਹੀਂ ਸਰ, ਨਹੀਂ, ਬਾਹਰ ਹੀ ਸੀ ਰਿਸੈਪਸ਼ਨ 'ਤੇ।